ਡੇਟ ਦੇ ਮਿਨਿਸਟਰ ਨੇ ਉਹਨਾਂ ਨੇ ਬਿਆਨ ਦਿੱਤਾਗਾ ਕਿ ਕਹਾਈ ਪਾਵਰ ਕਮੇਟੀ ਬਣੀ ਸੀਗੀ ਉਸ ਕਮੇਟੀ ਦੇ ਵਿੱਚ ਪੰਜਾਬ ਦੇ ਸੀਐਮ ਸਾਹਿਬ ਸ਼ਾਮਲ ਸੀਗੇ ਪੰਜਾਬ ਦੇ ਸੀਐਮ ਸਾਹਿਬ ਨੇ ਸਹਿਮਤੀ ਪ੍ਰਗਟ ਕੀਤੀ ਆ ਕਿ ਆਡੀਅנס ਲਿਆਂਦੇ ਜਾਣ ਸੋ ਦੋਗਲਾ ਚਿਹਰਾ ਜੱਜ ਪੰਜਾਬ ਦੇ ਸੀਐਮ ਸਾਹਿਬ ਦਾ ਵੀ ਨੰਗਰਾ ਹੋਇਆ ਨੰਗਾ ਹੋਇਆਗਾ ਦੇਖੋ ਚਾਹੇ ਭਾਜਪਾ ਜਾਂ ਕਾਲੀ ਦਲ ਕਾਂਗਰਸ ਤਿੰਨੇ ਜਿਹੜੀਆਂ ਕਿਸਾਨ ਵਿਰੋਧੀ ਨੇਗੀਆਂ ਜਿਹੜਿਆ ਉੱਤੋਂ ਤਾਂ ਬਿਲਕੁਲ ਡਰਾਮੇ ਕਰਦੀਆਂ ਕਿ ਕਿਸਾਨ ਹਤੈਸ਼ੀਆਂ ਪਰ ਲੇਕਿਨ ਅੰਦਰੋਂ ਕਿਸਾਨ ਵਿਰੋਧੀ ਨੇ ਦਿੱਤੇ ਦਿਨੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ ਹਰਪਾਲ ਚੀਮਾ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮੁੱਦੇ ਦੇ ਉੱਤੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਦਾ ਜਿਹੜਾ ਆਯੋਜਨ ਹੈ ਹਰ ਚੀਮਾ ਸਾਹਿਬ ਵੱਲੋਂ ਕੀਤਾ ਗਿਆ ਹੈ ਚੀਮਾ ਸਾਹਿਬ ਕੀ ਮੁੱਦਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬਿਆਨ ਦਿੱਤੇ ਸਨ ਦੇਖੋ ਸਾਡੀ ਜਿਹੜੀ ਸਰਮੌਰ ਸੰਸਥਾ ਕੀ ਅਕਾਲ ਤਖਤ ਜਿਹੜਾ ਹੈਗਾ ਉਹਦੇ ਜਥੇਦਾਰ ਸਾਹਿਬਾਨ ਦੁਆਰਾ ਇਸ ਤਰ੍ਹਾਂ ਦੇ ਬਿਆਨ ਆਉਣੇ ਬਹੁਤ ਮੰਦ ਭਾਗੇ ਨੇ ਕਿ ਪੰਜਾਬ ਨੂੰ ਇੱਕ ਸੈਪਰੇਟ ਸਟੇਟ ਦੀ ਲੋੜ ਆ ਪੰਜਾਬ ਨੂੰ ਇੱਕ ਅਲੱਗ ਸਟੇਟ ਦੀ ਲੋੜ ਆ ਕਿਉਂਕਿ ਜਦੋਂ ਵੀ ਅਕਾਲੀ ਦਲ ਜਦੋਂ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈਗਾ ਜਦੋਂ ਵੀ ਅਕਾਲੀ ਦਲ ਪਾਵਰ ਤੋਂ ਬਾਹਰ ਹੁੰਦਾ ਉਹ ਸੋ ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਹਮਣੇ ਆਉਂਦੇ ਨੇ ਉਹ ਪੰਜਾਬ ਨੂੰ ਤੋੜਨ ਵਾਲੇ ਐਂਟੀ ਨੈਸ਼ਨਲ ਹੁੰਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਐਸਜੀਪੀਸੀ ਦੇ ਕਾਬਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਮੈਂਬਰ ਨੇਗੇ ਉਹਨਾਂ ਦੀ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਵੱਲੋਂ ਸਥਾਪਤ ਜ세ਦਾਰ ਸਾਹਿਬਾਨ ਦੁਆਰਾ ਇਸ ਤਰ੍ਹਾਂ ਦਾ ਬਿਆਨ ਹੋਣਾ ਬਹੁਤ ਮੰਤਪਾਗੀ ਗੱਲ ਆ ਸੋ ਅਕਾਲੀ ਦਲ ਜਿਹੜਾ ਹੈਗਾ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਸ ਬਿਆਨ ਨਾਲ ਸਹਿਮਤ ਆ ਜਾਂ ਸਹਿਮਤ ਆ ਤੁਹਾਡਾ ਕਹਿਣਾ ਇਹ ਵੀ ਹੈ ਕਿ ਐਸਜੀਪੀਸੀ ਦੇ ਜਿਹੜਾ ਕਿਤੇ ਨਾ ਕਿਤੇ ਅਕਾਲੀ ਦਲ ਦੇ ਉੱਤੇ ਜਿਹੜਾ ਉਹਨਾਂ ਨੂੰ ਅਕਾਲੀ ਦਲ ਕੰਟਰੋਲ ਕਰ ਰਿਹਾ ਤੁਹਾਨੂੰ ਇਸ ਇਸ ਬਾਰੇ ਤੁਹਾਡਾ ਕੀ ਪੂਰਾ ਬਿਆਨ ਕੀ ਹੈ ਦੇਖੋ ਸਾਰੇ ਪੰਜਾਬ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਵਹ ਜੀ ਬੀਜ ਦੀਆਂ ਇਲੈਕਸ਼ਨਾਂ ਜਿੱਤ ਕੇ ਐਸਜੀਪੀਸ ਦੇ ਕਾਬਜਾ ਸਰਦਾਰ ਗੋਬਿੰਦ ਸਿੰਘ ਲੰਗੋਵਾਲ ਜੀ ਦੇ ਪ੍ਰਧਾਨ ਨੇਗੇ ਉਹ ਪ੍ਰਧਾਨ ਜੀ ਦੇ ਜਿਹੜਾ ਹੈਗਾ ਸਾਰੀਆਂ ਅਪੁਆਇੰਟਮੈਂਟਾਂ ਸਾਰੀਆਂ ਨਿਯੁਕਤੀਆਂ ਕਰਦੇ ਨੇਗੇ ਸੋ ਅਸੀਂ ਬਾਰ-ਬਾਰ ਇਹੀ ਮੰਗਾ ਕਿ ਤੁਰੰਤ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਆਪ ਦਾ ਸਟੈਂਡ ਸਪਸ਼ਟ ਕਰੇ ਇੱਕ ਆਰਡੀਨੈਂਸ ਜਿਹੜਾ ਹੈ ਕਿਸਾਨ ਸੁਧਾਰ ਆਰਡੀਨੈਂਸ ਵੀ ਪਾਸ ਕੀਤਾ ਗਿਆ ਉਸ ਦੇ ਬਾਰੇ ਦੇਖਿਆ ਜਾ ਰਿਹਾ ਕਿ ਜਿਹੜੇ ਕਿਸਾਨ ਲੋਗ ਨੇ ਜਿਹੜੇ ਕਿਸਾਨ ਭਾਈਚਾਰਾ ਉਹ ਸਾਰਾ ਰੋਸ਼ ਦੇ ਵਿੱਚ ਹੈ ਉਸ ਦੇ ਖਿਲਾਫ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤਿੰਨ ਆਡੀਅੰਸ ਜਿਹੜੇ ਆਏ ਨੇ ਉਹ ਪੂਰੇ ਕਿਸਾਨ ਵਿਰੋਧੀ ਨੇਗੇ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਵਿਰੋਧਚ ਨੇਗੇ ਪੰਜਾਬ ਦੇ ਵਾੜਤੀਆਂ ਦੇ ਵਿੱਚ ਵਿਰੋਧਚ ਨੇਗੇ ਵਪਾਰੀਆਂ ਦੇ ਵਿਰੋਧ ਦੇ ਵਿੱਚ ਨੇਗੇ ਆਮ ਆਦਮੀ ਪਾਰਟੀ ਨੂੰ ਡਟ ਕੇ ਵਿਰੋਧ ਕਰਦੀ ਹੈ ਅੱਜ ਪਾਰਲੀਮੈਂਟ 'ਚ ਵੀ ਕੀਤਾਗਾ ਅੱਗੇ ਨੂੰ ਵੀ ਕਰਾਂਗੇ ਜਦ ਉਹਨਾਂ ਦੇ ਖਿਲਾਫ ਬਿਲਕੁਲ ਅਸੀਂ ਆਪਣਾ ਮਤਦਾਨ ਵੀ ਕਰਾਂਗੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਉਹਨਾਂ ਨੂੰ ਸਪੋਰਟ ਕਰਦਾਗਾ ਔਰ ਕਾਂਗਰਸ ਪਾਰਟੀ ਡਰਾਮੇਬਾਜ਼ੀ ਕਰ ਰਹੀ ਹੈ ਕਿਉਂਕਿ ਅੱਜ ਪੰਜਾਬ ਦੇ ਸੀਐਮ ਸਾਹਿਬ ਦੇ ਸਬੰਧ ਦੇ ਵਿੱਚ ਇੱਕ ਜਿਹੜੇ ਮਨਿਸਟਰ ਨੇ ਪਟੇਲ ਜੀ ਰਾਓ ਸਾਹਿਬ ਪਟੇ ਦੇਸ਼ ਦੇ ਕੈਬਨਿਟ ਦੇ ਵਿੱਚ ਸਟੇਟ ਦੇ ਮਿਨਿਸਟਰ ਨੇ ਉਹਨਾਂ ਨੇ ਬਿਆਨ ਦਿੱਤਾਗਾ ਕਿ ਇੱਕ ਹਾਈ ਪਾਵਰ ਕਮੇਟੀ ਬਣੀ ਸੀਗੀ ਉਸ ਕਮੇਟੀ ਦੇ ਵਿੱਚ ਪੰਜਾਬ ਦੇ ਸੀਐਮ ਸਾਹਿਬ ਸ਼ਾਮਲ ਸੀਗੇ ਪੰਜਾਬ ਦੇ ਸੀਐਮ ਸਾਹਿਬ ਨੇ ਸਹਿਮਤੀ ਪ੍ਰਗਟ ਕੀਤੀ ਆ ਕਿ ਆਰਡੀਅੰਸ ਲਿਆਂਦੇ ਜਾਣ ਸੋ ਦੋਗਲਾ ਚਿਹਰਾ ਜੱਜ ਪੰਜਾਬ ਦੇ ਸੀਐਮ ਸਾਹਿਬ ਦਾ ਵੀ ਨੰਗਰਾ ਹੋਇਆ ਨੰਗਾ ਹੋਇਆਗਾ ਕਿਉਂਕਿ ਉਹ ਵੀ ਜਿਹੜੇ ਹੈਗੇ ਨੇ ਐਂਟੀ ਫਾਰਮਰਜ਼ ਨੇਗੇ ਐਂਟੀ ਕਿਸਾਨ ਨੇਗੇ ਹਾਲ ਹੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕਿ ਫਾਜ਼ਿਲਕਾ ਦੇ ਵਿੱਚ ਇੱਕ ਕਿਸਾਨ ਨੇ ਵੀ ਜਿਹੜਾ ਹੈ ਆਤਮ ਹੱਤਿਆ ਦਾ ਕਦਮ ਉਠਾਇਆ ਕਿਉਂਕਿ ਉਹਦੇ ਖੇਤਾਂ ਦੇ ਵਿੱਚ ਜਿਹੜਾ ਹੈ ਬਰਸਾਤੀ ਪਾਣੀ ਚਲਾ ਗਿਆ ਸੀਗਾ ਉਸ ਵੇਲੇ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਸਾਡੇ 2 ਐਮਐਲਏ ਸਹਿਬਾਨ ਕੇ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਕਲਤਾਰ ਸਿੰਘ ਸੰਧਮਾ ਨੇ ਦੌਰਾਨ ਕੀਤਾ ਉਸ ਤੋਂ ਬਾਅਦ ਮੈਂ ਸਪੀਡ ਤੇ ਇਲਾਕੇ ਜਾ ਕੇ ਆ ਲੰਬੀ ਫਾਜ਼ਿਲਕਾ ਬੱਲੂਆਣਾ ਅਬੋਹਰ ਇਹਨਾਂ ਹਾਲਾਤਾਂ ਦੇ ਬਹੁਤ ਮਾੜੇ ਹਾਲਾਤ ਬਣੇ ਹੋਏ ਸੀ ਕਿ ਪਰ ਲੇਕਿਨ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਡਰਾਮੇਬਾਜ਼ੀ ਕਰਦਾ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹੈਗਾ ਡਿਪਟੀ ਸੀ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਉੱਥੇ ਗਿਆ ਉਸ ਤੋਂ ਬਾਅਦ ਸਨੀਲ ਜਾਖੜ ਜੀ ਗੁਰਪ੍ਰੀਤ ਕਾਂਗੜ ਜੀ ਸਾਰੇ ਗਏ ਪਰ ਲੇਕਿਨ ਕਿਸਾਨਾਂ ਦੀ ਕੋਈ ਮਦਦ ਨਹੀਂ ਹੋਈ ਹੈਗੀ ਤਾਂ ਹੀ ਕਿਸਾਨ ਜਿਹੜੇ ਹੈਗੇ ਨੇ ਸੁਸਾਈਡ ਕਰ ਰਹੇ ਨੇ ਸੋ ਹੁਣ ਵੀ ਸਰਕਾਰ ਤੁਰੰਤ ਧਿਆਨ ਦੇਵੇ ਔਰ ਸਪੈਸ਼ਲ ਗਰਦਾਬਰੀ ਕਰਾਵੇ ਗਰਦਾਬਰੀ ਕਰਾ ਕੇ ਜਿਹੜਾ ਮੁਆਵਜ਼ਾ ਦੇਵੇ ਔਰ ਜਿਹੜਾ ਕਿਸਾਨ ਜਿਹਦੀ ਡੈਥ ਹੋਈ ਆ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਮਿਲੇ ਤੇ ਮੁਆਵਜ਼ਾ ਮਿਲੇ ਕੀਤੀ ਜਾਵੇ ਜਿਹੜੇ ਕਿਸਾਨ ਕਿਸਾਨ ਜਿਹੜੇ ਸੀਗੇ ਉਹ ਪਹਿਲੀ ਸਰਕਾਰ ਦੇ ਵਿੱਚ ਵੀ ਜਿਹੜੇ ਆਦਮ ਹੱਤੇ ਕਦਮ ਚੁੱਕ ਰਹੇ ਸੀ ਇਸ ਇਸ ਟਾਈਮ ਦੇ ਵੀ ਉਹ ਚੁੱਕ ਰਹੇ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ ਇਹ ਕੋਈ ਛੋਟਾ ਮੁੱਦਾ ਨਹੀਂ ਕਿਉਂਕਿ ਕਿਸਾਨ ਇੱਕ ਜਿਹੜਾ ਹੈ ਇਨਸਾਨ ਹੈ ਜੁਕੀ ਪੂਰੀ ਪੰਜਾਬ ਨੂੰ ਜਿਹੜਾ ਹੈ ਪੰਜਾਬ ਦਾ ਅੰਦਾਜ਼ਾ ਤਾਂ ਮੰਨਣਾ ਚਾਹ ਦੇਖੋ ਚਾਹੇ ਭਾਜਪਾ ਜਾਂ ਅਕਾਲੀ ਦਲ ਕਾਂਗਰਸ ਤਿੰਨੇ ਜਿਹੜੀਆਂ ਕਿਸਾਨ ਵਿਰੋਧੀ ਨੇਗੀਆਂ ਜਿਹੜਿਆ ਉੱਤੋਂ ਤਾਂ ਬਿਲਕੁਲ ਡਰਾਮੇ ਕਰਦਿਆਂ ਕਿ ਕਿਸੇ ਕਿਸਾਨ ਹਤੈਸ਼ੀਆਂ ਪਰ ਲੇਕਿਨ ਅੰਦਰੋਂ ਕਿਸਾਨ ਵਿਰੋਧੀ ਨੇ ਤਿੰਨ ਆਰਡੀਨੈਂਸਾਂ ਚ ਦੇਖ ਲਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਡਰਾਮੇਬਾਜ਼ੀ ਕਰਦੇ ਨੇ ਕਿ ਕਿਸ ਤਰ੍ਹਾਂ ਕਹਿੰਦੇ ਯੂ ਟਰਨ ਲੈਂਦੇ ਨੇ ਕਿ ਸੋ ਇਹ ਕਿਸਾਨ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਹੱਕ ਚ ਗੱਲ ਨਹੀਂ ਕਰਦੀਆਂ ਕਿਸਾਨਾਂ ਦੇ ਵਿਰੋਧ ਚ ਹੱਕ ਗੱਲ ਕਰਦੀਆਂ ਹਮੇਸ਼ਾ ਤੁਸੀਂ ਅੱਗੇ ਆਉਣ ਵਾਲੀਆਂ 2022 ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਜਿਹੇ ਕਿਹੜੇ ਕਦਮ ਚੱਕੇ ਜਾਣਗੇ ਜੋ ਕਿ ਕਿਸਾਨ ਦੇ ਹਿੱਤ ਵਿੱਚ ਹੋਣਗੇ ਦੇਖੋ ਸਾਡਾ ਚੋਣ ਮੈਨੀਫੈਸਟੋ ਤਿਆਰ ਕਰਾਂਗੇ ਪਹਿਲਾਂ ਵੀ ਚੋਣ ਮੈਨੀਫੈਸਟੋ ਤਿਆਰ ਕੀਤਾ ਸੀਗਾ 2022 ਚੋਣ ਮੈਨੀਫੈਸਟੋ ਕਿ ਤਿਆਰ ਕਰਾਂਗੇ ਸਾਰੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਮੁਲਾਜ਼ਮਾਂ ਦੀਆਂ ਨੌਜਵਾਨਾਂ ਦੀਆਂ ਸਾਰੇ ਵਰਗਾਂ ਦੀਆਂ ਜਿੰਨੇ ਵਰਗ ਨੇ ਪੰਜਾਬ ਸਾਰੇ ਵਰਗਾਂ ਨੇ ਜਿਹੜੀ ਆਪਣੀਆਂ ਮੰਗਾਂ ਧਿਆਨ ਚ ਰੱਖ ਕੇ ਚੋਣ ਮੈਨੀਫੈਸਟੋ ਬਣਾਵਾਂਗੇ ਕਿਉਂਕਿ ਦਲਤ ਪਰਗਦੀ ਜਿਹੜੀ ਵੱਡੀ ਬੰਗ ਸੀਗੀ ਦਲਤ ਪਾਈਚਾਰਨ ਪਿਛਲੇ 4 ਸਾਲਾਂ ਤੋਂ ਪੰਜਾਬ ਸਰਕਾਰ ਨੇ ਇੱਕ ਕੌੜੀ ਕਾਡੀ ਦਾ ਵੀ ਜਿਹੜਾ ਹੈ ਰਾਤ ਨਹੀਂ ਦਿੱਤੀ ਠੀਕ ਹੈ ਸਾਰੇ ਵਰਗਿਆਂ ਨੂੰ ਜਿਹੜਾ ਮੁਖ ਰੱਖ ਕੇ ਅਸੀਂ ਆਪਣਾ ਜੋਨ ਮੈਨੀਫੈਸਟੋ ਤਿਆਰ ਕਰਾ ਗਏ ਜਿਹਨ ਜਿੱਥੇ ਦਾ ਸਭ ਲੋ ਬਿਆਨ ਦਿੱਤੇ ਗਏ ਨੇ ਜਿਸ ਕਰਕੇ ਅੱਜ ਮੇਨ ਤੁਹਾਡੀ ਪ੍ਰੈਸ ਕਾਨਫਰੰਸ ਹੋਈ ਆ ਤੁਹਾਨੂੰ ਕੀ ਲੱਗਦਾ ਕਿ ਉਹ ਜੇ ਇਹ ਬਿਆਨ ਅੱਗੇ ਹੁਣ ਉਹਨਾਂ ਨੇ ਵੀ ਦਿਸਾ ਸਾਹਿਬ ਨੇ ਵੀ ਇਹ ਹੱਕ ਉਹਦੇ ਛੱਕੀ ਭਰੀ ਆ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਕਿਸ ਵੱਲੋਂ ਇਸ਼ਾਰਾ ਕਰ ਰਹੇ ਦੇਖੋ ਇਹ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹੈਗਾ ਇਹ ਐਂਟੀ ਨੈਸ਼ਨਲ ਸਟੇਟਮੈਂਟਸ ਨੇਗੀਆਂ ਇਹ ਪੰਜਾਬ ਨੂੰ ਤੋੜਨ ਵਾਲੀਆਂ ਨੇਗੀਆਂ ਮੈਂ ਸਮਝਦਾ ਬੀਜੇਪੀ ਤੇ ਇਕਾਲੀ ਦਲ ਨੂੰ ਸਟੈਂਡ ਇਹਨਾਂ ਦੋਨਾਂ ਦੇ ਸ ਸਵੇਸਨ ਸੰਨਹਰ ਪਾਜੀ ਮੰਜਨਾ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਜਥੇਦਾਰ ਸਾਹਿਬ ਦਿੱਤੇ ਗਏ ਬਿਆਨ ਉਹਨਾਂ ਦੀ ਨਿੰਦਾ ਕਰਦੇ ਨੇ ਤੇ ਨਾਲ ਹੀ ਨਾਲ ਜਿਹੜੇ ਕਿਸਾਨ ਸਰਦਾਰ ਜਿਹੜਾ ਆਰਡੀਨੈਂਸ ਹੈ ਉਸ ਦੀ ਵੀ ਨਿੰਦਾ ਲਗਾਤਾਰ ਕਰ ਰਹੇ ਨੇ ਕੈਮਰਾ ਪਰਸਨ ਪ੍ਰਮੁੱਖ ਨੌਜੀਆ ਦੇ ਨਾਲ ਮੈਂ ਸਾਇਨਦਰੂਲਾ ਦਾ ਨਿਕਸ ਵੈਰਿਟੀ ਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल तीन सौ 8437494648 ਦੇਸ਼ ਦੁਨੀਆ ਦੀ ਹਰ ਬੱਟੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਜ਼